ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਸੰਗਰੂਰ ਜ਼ਿਲ੍ਹੇ 'ਚ। ਦੋਸਤੋ, ਵੱਡੀ ਖਬਰ ਹੈ ਕਿ ਜਿੱਥੇ ਵਿਆਹ ਨੂੰ ਮਤਲਬ ਆਪਾਂ ਬੜਾ ਇੰਤਜ਼ਾਰ ਕਰਦੇ ਹਾਂ ਵਿਆਹ ਦਾ, ਔਰ ਜਦੋਂ ਵਿਆਹ ਦੇ ਕੁਛ ਦਿਨ ਪਹਿਲਾਂ ਹੀ ਕੁਛ ਇਹੋ ਜਿਹਾ ਘਰ ਦੇ ਵਿੱਚ ਹੋ ਜਾਵੇ ਤਾਂ ਸੱਚਮੁੱਚ ਇੱਕ ਅਜੀਬ ਤਰ੍ਹਾਂ ਦਾ ਉਸ ਘਰ ਦਾ ਮਾਹੌਲ ਬਣ ਜਾਂਦਾ ਹੈ, ਜਿੱਥੇ ਵਿਆਹ ਦੀ ਮਤਲਬ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਣ ਵਿੱਚ ਉੱਥੇ ਦੇ ਲੋਕ, ਉਸ ਘਰ ਦੇ ਲੋਕ ਸ਼ਾਮਿਲ ਹੁੰਦੇ ਨੇ, ਔਰ ਜਦੋਂ ਉੱਥੇ ਹੀ ਪਕਵਾਨ ਬਣਾਉਂਦੇ ਬਣਾਉਂਦੇ ਸਿਲੰਡਰ ਦੇ ਨਾਲ ਅੱਗ ਲੱਗ ਜਾਵੇ ਤਾਂ ਫਿਰ ਮਾਹੌਲ ਕੀ ਬਣ ਸਕਦਾ ਹੈ। ਇਸੇ ਤਰ੍ਹਾਂ ਦਾ ਹੀ ਧੂਰੀ ਦੇ ਇਲਾਕੇ ਵਿੱਚ ਹੋਇਆ ਕਿ ਵਿਆਹ ਦੇ ਸਮਾਗਮ ਨੂੰ ਲੈ ਕੇ ਪਕਵਾਨ ਬਣ ਰਿਹਾ ਸੀ, ਅਚਾਨਕ ਸਿਲੰਡਰ ਦੇ ਨਾਲ ਲੱਗ ਗਈ ਅੱਗ, ਔਰ ਅੱਗ ਇਸ ਕਦਰ ਮਤਲਬ ਲੱਗੀ ਹੈ ਕਿ ਲੱਖਾਂ ਰੁਪਏ ਦਾ ਜਿਹੜਾ ਸਮਾਨ ਸੀ ਉਹ ਖਾਕ ਹੋ ਗਿਆ। ਅਸਲ ਵਿੱਚ ਇਹ ਪੂਰੀ ਹੈ ਕੀ ਆ ਖਬਰ, ਪੂਰੀ ਖਬਰ ਲਈ ਸੰਗਰੂਰ ਚੱਲਦੇ ਹਾਂ, ਜਿੱਥੋਂ ਗੁਲਜ਼ਾਰ ਮੱਲੀ ਜੀ ਮੇਰੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਮੱਲੀ ਸਾਹਿਬ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਸੋਹਾ ਜੀ, ਇਹ ਧੂਰੀ ਸ਼ਹਿਰ ਦੇ ਵਿੱਚ ਇੱਕ ਵਿਆਹ ਸਮਾਗਮ ਦੀ ਤਿਆਰੀ ਹੋਣੀ ਸੀ, ਜੋ ਕਿ 15 ਮਾਰਚ ਨੂੰ ਵਿਆਹ ਦੀ ਮਤਲਬ ਰਸਮ ਪੂਰੀ ਹੋਣੀ ਸੀ ਜੀ, ਤੇ ਹਲਵਾਈ ਜੋ ਕਿ ਉਹ ਆਪਣੇ ਮਤਲਬ ਪਕਵਾਨਾਂ ਦੀਆਂ ਪੂਰੀਆਂ ਤਿਆਰੀਆਂ ਕਰ ਰਹੇ ਸੀ, ਅਚਾਨਕ ਹੀ ਕੁਛ ਤਕਨੀਕੀ ਕਾਰਨਾਂ ਕਰਕੇ ਜਿਹੜੀ ਸਿਲੰਡਰ ਨੂੰ ਮਤਲਬ ਜਿਹੜੀ ਕਿ ਅੱਗ ਲੱਗ ਗਈ ਜੀ। ਅੱਗ ਲੱਗਣ ਦੇ ਨਾਲ ਜੋ ਵੀ ਘਰ ਦਾ ਸਮਾਨ ਸੀ ਉਹ ਪੂਰੀ ਤਰ੍ਹਾਂ ਨਸ਼ਟ ਹੋ ਗਿਆ, ਜਲ ਕੇ ਰਾਖ ਹੋ ਗਿਆ। ਆਲੇ ਦੁਆਲੇ ਦੇ ਲੋਕਾਂ ਨੇ ਜਾਂ ਲਾ ਲਓ ਆਪਾਂ ਰਿਸ਼ਤੇਦਾਰਾਂ ਨੇ ਰਲ ਮਿਲ ਕੇ ਉਸ ਅੱਗ ਨੂੰ ਬੁਝਾਉਣ ਦੀ ਯਤਨ ਕੀਤਾ, ਲੇਕਿਨ ਅੱਗ ਇੰਨੀ ਜ਼ਿਆਦਾ ਫੈਲ ਚੁੱਕੀ ਸੀ ਕਿ ਉਸ ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਜੀ। ਉਸ ਤੋਂ ਬਾਅਦ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਤੇ ਫਾਇਰ ਬ੍ਰਿਗੇਡ ਦੀ ਮਦਦ ਵੀ ਲਈ ਗਈ, ਜਿਸ ਨਾਲ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਲੇਕਿਨ ਜਦ ਤੱਕ ਉਸ ਘਰ ਵਿੱਚ ਜਿੰਨਾ ਵੀ ਸਮਾਨ ਪਿਆ ਹੋਇਆ ਸੀ ਉਹ ਜਲ ਕੇ ਬਿਲਕੁਲ ਰਾਖ ਹੋ ਚੁੱਕਾ ਸੀ। ਲੇਕਿਨ ਮੱਲੀ ਸਾਹਿਬ, ਜਿੱਥੇ ਮਾਲ ਦਾ ਨੁਕਸਾਨ ਹੋਇਆ, ਜਾਨ ਤਾਂ ਕਿਸੇ ਦੀ ਜਾਨ ਨੂੰ ਨੁਕਸਾਨ ਤਾਂ ਨਹੀਂ ਹੋਇਆ ਇਸ ਅੱਗ ਦੇ ਵਿੱਚ? ਨਹੀਂ ਸੋਤਾ ਜੀ, ਜੋ ਸਮਾਨ ਦਾ ਨੁਕਸਾਨ ਹੀ ਹੋਇਆ, ਜੋ ਜਾਨੀ ਨੁਕਸਾਨ ਬਿਲਕੁਲ ਹੁਣ ਬਚ ਗਿਆ, ਕਿਉਂਕਿ ਜੋ ਨੇੜੇ ਦੇ ਸੀ ਵਿਅਕਤੀ ਸੀ ਉਹਨਾਂ ਨੇ ਫਟਾਫਟ ਪਹਿਲਾਂ ਉਹਨਾਂ ਵਿਅਕਤੀਆਂ ਦੀ ਜਾਨ ਬਚਾਈ ਜੋ ਕਿ ਉਸ ਅੱਗ ਦੀ ਲਪੇਟ ਵਿੱਚ ਆਏ ਹੋਏ ਸੀ, ਉਹਨਾਂ ਨੂੰ ਬਿਲਕੁਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਲੇਕਿਨ ਜਿਹੜਾ ਸਮਾਨ ਸੀ ਉਹ ਅੱਗ ਇੰਨੀ ਜ਼ਿਆਦਾ ਭੈਣਕ ਸੀ ਕਿ ਉਸਨੂੰ ਉਹ ਨਹੀਂ ਬਚਾ ਸਕੇ, ਜਿਸ ਕਰਕੇ ਉਹ ਜਲ ਕੇ ਰਾਖ ਹੋ ਗਿਆ। ਬਹੁਤ ਬਹੁਤ ਮਿਹਰਬਾਨੀ ਮੱਲੀ ਸਾਹਿਬ, ਤੁਸੀਂ ਜਾਣਕਾਰੀ ਦਿੱਤੀ। ਔਰ 15 ਮਾਰਚ ਨੂੰ ਵਿਆਹ ਹੈ ਉਸੇ ਹੀ ਘਰ ਦੇ ਵਿੱਚ, ਜਦੋਂ ਇਸ ਤਰ੍ਹਾਂ ਦਾ ਹਾਦਸਾ ਹੋ ਜਾਵੇ ਤਾਂ ਸੱਚਮੁੱਚ ਕਈ ਵਾਰੀ ਗੱਲਾਂ ਵੀ ਹੁੰਦੀਆਂ ਕਿ ਰੀਤੀ ਰਿਵਾਜ਼ਾਂ ਦੇ ਵਿੱਚ ਲਓ ਜੀ ਵਿਆਹ ਤੋਂ ਪਹਿਲਾਂ ਹੀ ਇਹ ਕੁਛ ਸ਼ਗਨ ਹੋ ਗਿਆ, ਔਰ ਪਤਾ ਨਹੀਂ ਕੀ ਹੋ ਜਾਣਾ, ਮਤਲਬ ਇਹ ਅਚਾਨਕ ਕੁਦਰਤੀ ਹੋ ਗਿਆ। ਲੇਕਿਨ ਵੱਡੀ ਗੱਲ ਜਿਹੜੀ ਰਹੀ ਹੈ, ਕਿਸੇ ਵੀ ਤਰ੍ਹਾਂ ਮਾਲ ਤਾਂ ਦੁਬਾਰਾ ਆ ਸਕਦਾ, ਖੁਦਾ ਨਾ ਖਾਸਤਾ ਜਾਨਾਂ ਜਿਹੜੀਆਂ ਉਹ ਬਚ ਗਈਆਂ ਨੇ, ਉਹਨਾਂ ਨੂੰ ਸੁਰੱਖਿਅਤ ਉਸ ਘਟਨਾ ਦੇ ਵਿੱਚੋਂ ਲੋਕਾਂ ਨੇ ਬਾਹਰ ਕੱਢ ਲਿਆ, ਔਰ ਫਾਇਰ ਬ੍ਰਿਗੇਡ ਨੇ ਆ ਕੇ ਕਾਬੂ ਪਾ ਲਿਆ ਗਿਆ। ਇਸ ਸੰਬੰਧ ਵਿੱਚ ਮੱਲੀ ਸਾਹਿਬ ਦੀ ਕਿਸ ਦੇ ਨਾਲ ਕੀ ਗੱਲਬਾਤ ਹੋਈ ਹੈ ਤੁਸੀਂ ਸੁਣ ਸਕਦੇ ਹੋ। ਰਾਮਨਾਥ, ਕਿਵੇਂ ਘਟਨਾ ਵਾਪਰੀ, ਕੀ ਗੱਲਬਾਤ ਆ ਸਾਰੀ ਜੀ? ਇਹ ਗੈਸ ਚਲਾ ਰੱਖੇ ਤੇ ਜੀ, ਮੁੰਡੇ ਦਾ ਵਿਆਹ ਸੀ, ਹਾਂਜੀ, ਤੇ ਬਸ ਗੈਸ ਪਟ ਗਿਆ। ਕੋਈ ਵਿਆਹ ਵਗੈਰਾ ਵੀ ਰੱਖਿਆ ਸੀ ਜੀ? ਮੁੰਡੇ ਦਾ ਵਿਆਹ ਸੀ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਹੋ ਗਿਆ ਜੀ 2.5-3 ਲੱਖ ਰੁਪਏ ਦਾ। ਕੋਈ ਫਾਇਰ ਬ੍ਰਿਗੇਡ ਟਾਈਮ ਸਿਰ ਪਹੁੰਚ ਗਈ ਸੀ? ਹਾਂਜੀ, ਮੌਕੇ 'ਤੇ ਪਹੁੰਚੀ ਹੈ ਜੀ। MLA ਸਾਹਿਬ ਦੇ ਭੇਜੇ ਨੇ ਸਾਰੇ, ਸਾਰੇ ਕੁਛ ਆਏ ਨੇ, MLA ਨੇ ਸਾਰੇ ਭੇਜੇ ਨੇ ਬੰਦੇ। ਮੰਗ ਕੀ ਕਰਦੇ ਆ ਤੁਸੀਂ ਹੁਣ? ਹਾਂਜੀ, ਮੰਗ ਕੀ ਆ ਤੁਹਾਡੀ ਜੀ? ਮੰਗ ਮੈਂ, ਸਰਕਾਰ ਤੋਂ ਗਰੀਬ ਆਦਮੀ ਆ, ਅਸੀਂ ਮਾੜਾ ਮੋਟਾ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ। ਮੈਂ ਰਜਿੰਦਰ ਸਿੰਘ ਲੱਦੜ। ਹਾਂਜੀ, ਕੀ ਗੱਲਬਾਤ ਹੋਈ ਹੈ, ਕੀ ਘਟਨਾ? ਇਹ ਗੱਲਬਾਤ ਇੱਦਾਂ ਹੀ, ਇਹ ਰਾਮ ਲਾਲ ਦਾ ਮਕਾਨ ਹੈ ਜੀ,
ਰਾਮ ਲਾਲ ਸੰਭਵ ਗਰੀਬੂ ਰਾਮ ਉਹਨਾਂ ਦੀ ਡੈਥ ਹੋਈ ਹੋਈ ਹੈ। ਉਹਨਾਂ ਦੇ ਬੇਟੇ ਨੇ ਦੋ ਇਸ ਮਕਾਨ ਦੇ ਵਿੱਚ ਰਹਿ ਰਹੇ ਨੇ। ਉਹਨਾਂ ਦੇ ਬੇਟੇ ਦਾ ਵਿਆਹ ਰੱਖਿਆ ਹੋਇਆ ਸੀਗਾ ਅਤੇ ਜਿਵੇਂ ਰੀਤੀ ਰਿਵਾਜ ਦੇ ਮੁਤਾਬਕ ਗੁਲਗੁਲੇ ਵਗੈਰਾ ਬਣਾ ਰਹੇ ਸੀਗੇ ਬੱਚੇ। ਅਚਾਨਕ ਹੀ ਇੱਥੇ ਉਹਨੂੰ ਗੈਸ ਸਿਲੰਡਰ ਨਾਲ ਅੱਗ ਲੱਗ ਗਈ ਅਤੇ ਇਹ ਘਟਨਾ ਵਾਪਰ ਗਈ। ਪਤਾ ਹੀ ਲੱਗਿਆ ਸਾਰੇ ਘਰ ਨੂੰ ਅੱਗ ਲੱਗ ਗਈ ਜਿਹਦੇ ਵਿੱਚ ਜਾਨੀ ਨੁਕਸਾਨ ਬਚ ਗਿਆ। ਲੋਕਾਂ ਨੇ ਫਟਾਫਟ ਆ ਕੇ ਉਹ ਬੱਚੇ ਜਿਹੜੇ ਅੰਦਰ ਦੀ ਲੇਡੀਜ਼ ਅੰਦਰ ਦੀ ਉਹਨੂੰ ਕੱਢ ਲਿਆ ਅਤੇ ਜਿਹੜਾ ਮਤਲਬ ਕਿ ਸਮਾਨ ਸੀਗਾ ਸਾਰਾ ਮੱਚ ਗਿਆ। ਬਿਲਡਿੰਗ ਨੂੰ ਬਹੁਤ ਨੁਕਸਾਨ ਆਇਆ। ਬੈੱਡ ਕੱਪੜੇ ਮੰਜੇ ਬਿਸਤਰੇ ਜੋ ਵੀ ਸੀਗੀ ਸਾਰਾ ਪਰਿਵਾਰ ਦਾ ਸਮਾਨ ਸੀ ਕਿਉਂਕਿ ਵਿਆਹ ਥੋੜ੍ਹੇ ਜਿਹੇ 8-10 ਦਿਨਾਂ ਬਾਅਦ 5 ਤਰੀਕ ਦਾ 15 ਹਾਂ 15 ਤਰੀਕ ਦਾ ਵਿਆਹ ਹੈਗਾ 15 ਮਾਰਚ ਦਾ। ਸਾਰਾ ਸਮਾਨ ਵਿਆਹ ਦਾ ਲਿਆ ਕੇ ਰੱਖਿਆ ਸੀਗਾ ਉਹ ਸਾਰਾ ਨੁਕਸਾਨ ਹੋ ਗਿਆ ਸਾਰਾ ਮੱਚ ਗਿਆ ਬਹੁਤ ਭਾਰੀ ਨੁਕਸਾਨ ਹੋਇਆ। ਤਕਰੀਬਨ 3.5-3.5 ਲੱਖ ਰੁਪਏ ਦਾ ਨੁਕਸਾਨ ਹੈ। ਜਾਨੀ ਨੁਕਸਾਨ ਬਚ ਗਿਆ ਸਾਰਾ ਪਰਿਵਾਰ ਅੰਦਰ ਸੀ ਜਦੋਂ ਅੱਗ ਲੱਗੀ ਬਹੁਤ ਹੀ ਜਲਦ ਅੱਗ ਲੱਗੀ। ਤੁਰੰਤ ਅਸੀਂ ਸੂਚਿਤ ਕੀਤਾ MLA ਸਾਹਿਬ ਨੂੰ ਥਾਣੇ ਨੂੰ ਸਾਰੇ ਏਜੰਸੀਆਂ ਨੂੰ ਫਟਾਫਟ ਇਹ ਐਂਬੂਲੈਂਸ ਵਗੈਰਾ ਆ ਗਈ ਅਤੇ ਬਾਕੀ ਲੋਕ ਆ ਗਏ ਇਹਨਾਂ ਨੇ ਫਟਾਫਟ ਹੀ ਅੱਗ ਬੁਝਾਈ ਹੈ। ਪਰ ਫਿਰ ਵੀ ਨੁਕਸਾਨ ਨੂੰ ਅਸੀਂ ਬਚਾ ਨਹੀਂ ਸਕੇ ਕਿਉਂਕਿ ਅੱਗ ਇੰਨੀ ਜ਼ਿਆਦਾ ਸੀ ਉੱਥੇ ਬਹੁਤ ਔਖਾ ਫਾਇਰ ਬ੍ਰਿਗੇਡ ਨੇ ਕਾਬੂ ਪਾਇਆ। ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਇਹ ਬਹੁਤ ਹੀ ਗਰੀਬ ਪਰਿਵਾਰ ਹੈ ਵਿਆਹ ਰੱਖਿਆ ਹੋਇਆ ਸੀਗਾ ਬਾਪ ਦੀ ਇਹਨਾਂ ਨੇ ਡੈਥ ਹੋਈ ਹੋਈ ਹੈ ਕਾਫੀ ਲੰਬੇ ਸਮੇਂ ਤੋਂ ਅਤੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੁਰੰਤ ਇਹਨਾਂ ਨੂੰ ਰਿਲੀਫ ਦਿੱਤੀ ਜਾਵੇ ਕਿਉਂਕਿ ਇਹਨਾਂ ਦੇ ਵਿਆਹ ਹੈਗਾ 15 ਤਰੀਕ ਦਾ ਇਸੇ 15 ਤਰੀਕ ਦਾ ਬੱਚੇ ਦਾ ਰੱਖਿਆ ਹੋਇਆ ਜੋ ਸਮਾਨ ਤੇ ਆ ਸਾਰਾ ਮੱਚ ਕੇ ਸੁਭਾਅ ਹੋ ਗਿਆ। ਇਹ ਪੱਤਰਕਾਰ ਸਾਥੀ ਅਤੇ ਸਾਰੇ ਲੋਕਾਂ ਨੇ ਪ੍ਰਸ਼ਾਸਨ ਨੇ ਦੇਖੇ ਹੀ ਹੈ ਫਾਇਰ ਬ੍ਰਿਗੇਡ ਵਾਲਿਆਂ ਨੇ ਬੜੀ ਮਿਹਨਤ ਕੀਤੀ ਹੈ ਆ ਕੇ ਫੌਰੀ ਤੌਰ 'ਤੇ ਇੱਥੇ ਮਤਲਬ ਕਿ ਅੱਗ ਬੁਝਾਈ ਹੈ। ਦੋਨੇ ਉੱਪਰ ਵੀ ਬਿਲਡਿੰਗ ਹੈ ਅਤੇ ਥੱਲੇ ਵੀ ਹੈ ਦੋਨੇ ਬਿਲਡਿੰਗਾਂ 'ਚ ਅੱਗ ਪਹੁੰਚ ਗਈ ਹੈ। ਸੋ ਇਹ ਸੀ ਹੁਣ ਤੱਕ ਦੀ ਅਪਡੇਟ ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ evenpunjabi.com ਤੇ। ਹੁਣ ਗੋਡੇ ਬਦਲਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਹੁਣ ਗੋਡਿਆਂ ਦੇ ਇਲਾਜ ਦਾ ਸਫਲ ਆਯੁਰਵੈਦਿਕ ਇਲਾਜ ਆ ਗਿਆ ਹੈ ਫੀ ਰਿਲੀਫ ਆਇਲ। ਇਸ ਤੋਂ ਇਲਾਵਾ 125 ਬਿਮਾਰੀਆਂ ਦਾ ਸਫਲ ਇਲਾਜ। ਹੁਣ 2 ਲੱਖ ਰੁਪਏ ਵਾਲਾ ਇਲਾਜ ਸਿਰਫ 1313 ਰੁਪਏ ਵਿੱਚ।